ਐਫਐਮ 95 ਪੰਜਾਬ ਰੰਗ ਲਾਹੌਰ ਦੇ ਸਭ ਸਤਿਕਾਰਯੋਗ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਔਰ ਸੋਸ਼ਲ ਮੀਡੀਆ ਦੇਖਣ ਵਾਲੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਸਵਾਗਤ ਕਰਨੇ ਅਸੀਂ ਜਨਮ ਸਥਾਨ ਯਾਨੀ ਨਨਕਾਣਾ ਸਾਹਿਬ ਦੇ ਵਿੱਚ ਗੁਰਦੁਆਰਾ ਜਨਮ ਸਥਾਨ ਤਾਂ ਨਹੀਂ ਇਹ ਗੁਰਦੁਆਰਾ ਤੰਬੂ ਸਾਹਿਬ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਸਿੱਖ ਯਾਤਰੀ ਨੇ ਜਿਹੜੇ ਉਹ ਮੱਥਾ ਟੇਕ ਰਹੇ ਨੇ ਧਾਰਮਿਕ ਰਸਮਾਂ ਨੇ ਜਿਹੜੀਆਂ ਉਹ ਨਿਭਾ ਰਹੇ ਨੇ ਔਰ ਪਾਕਿਸਤਾਨ 'ਚ ਮਿਲਣ ਵਾਲਾ ਮੋਹ ਪਿਆਰ ਆ ਜਿਹੜਾ ਉਹਨੂੰ ਸਮੇਟ ਰਹੇ ਨੇ ਕੀ ਸੁਪਨੇ ਸਨ ਕੀ ਗੱਲਾਂ ਸਨ ਕੀ ਬਾਤਾਂ ਸਨ ਕੀ ਇਹ ਪਹਿਲਾਂ ਦਾ ਸੋਚਿਆ ਸੀਗਾ ਆਓ ਇਸ ਬਾਰੇ ਇਹਨਾਂ ਦੇ ਰਾਹੀਂ ਇਹਨਾਂ ਦੇ ਅੰਦਰ ਪੇਫਿਰ ਦੇ ਜਜ਼ਬਾਤ ਜਿਹੜੇ ਛਾਲਾ ਮਾਰਨ ਡੇ ਨੇ ਨਾਨਕ ਧਰਤੀ ਦੇ ਬਾਰੇ ਇਹਨਾਂ ਦੇ ਅੰਦਰ ਦੇ ਵਿਚਾਰ ਨੇ ਜਿਹੜੇ ਉਹ ਜਾਣਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਤੁਹਾਡਾ ਬਹੁਤ ਧੰਨਵਾਦ ਆ ਤੁਹਾਡੇ ਚੈਨਲ ਦਾ ਜਾਂ ਤੁਸੀਂ ਸਾਡੇ ਇੰਟਰਵਿਊ ਲੈ ਰਹੇ ਤਾਂ ਸਾਡੇ ਟੀਵੀ 'ਚ ਦਿਖਾ ਰਹੇ ਆਪਣਾ ਨਾਂ ਦੱਸੋ ਸਾਡਾ ਨਾਂ ਮੇਰਾ ਨਾਂ ਪਚਿੱਤਰ ਸਿੰਘ ਕਲਸੀ ਆ ਅਸੀਂ ਯੂਕੇ ਤੋਂ ਆਏ ਆ ਲੰਡਨ ਤੋਂ ਹਵਲਾ ਤੋਂ ਆਉਣਾ ਹੋਇਆ ਤੇ ਪਹਿਲੀ ਵਾਰ ਆਏ ਜੀ ਹਾਂਜੀ ਪਹਿਲੀ ਵਾਰ ਆਏ ਕਈ ਸਾਲਾਂ ਤੋਂ ਸੋਚਦੇ ਸੀ ਜਾਣਾ ਨਹੀਂ ਸੀ ਬਣਦਾ ਪਰ ਐਤਕੇ ਜਦ 550 ਸਾਲ ਆਏ ਤਾਂ ਕਿਹਾ ਚਲੋ ਐਤਕੇ ਜਾਣਾ ਹੀ ਜਾਣਾ ਜੋ ਮਰਜ਼ੀ ਹੋਵੇ ਤਾਂ ਉੱਧਰੋਂ ਸਾਨੂੰ ਖੁਸ਼ੀ ਸੀ ਕਿ ਸ੍ਰੀ ਤੁਹਾਡੇ ਇਮਰਾਨ ਖਾਨ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਨਾਗਾ ਖੋਲ ਦਿੱਤਾ ਵਾ ਇਹ ਦੱਸੋ ਕਿ ਬਾਬਾ ਗੁਰੂ ਨਾਨਕ ਜੀ ਦੇ 550ਵੇਂ ਜਨਮ ਦਿਨ ਦੇ ਉੱਤੇ ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਣਾ ਨੇ ਨਾ ਸਿਰਫ ਕਰਤਾਰਪੁਰ ਅਲਾਂਘੇ ਦੇ ਬਾਰੇ ਇੱਕ ਬੋਲਡ ਸਟੈਪ ਲਿਆ ਬਲਕਿ ਉਹਨਾਂ ਨੇ ਕਿਹਾ ਕਿ $200 ਦੀ ਉਹ ਫੀਸ ਵੀ ਮਾਫ਼ ਆ ਜਿਹੜੀ ਅਸੀਂ ਧਰੀ ਹੈ ਉਹ ਪਾਸਪੋਰਟ ਨਹੀਂ ਹੈ ਕਿਸੇ ਕੋਲ ਵੈਲਿਡ ਆਈਡੀ ਹੈ ਤੇ ਉਹ ਵੀ ਆ ਜਾਵੇ ਐਡਾ ਖੁੱਲਾ ਸੱਦਾ ਹੈ ਜਿਹੜਾ ਉਹ 47 ਦੀ ਵੰਡ ਤੋਂ ਬਾਅਦ ਕਿਤੇ ਨਜ਼ਰ ਨਹੀਂ ਆਉਂਦਾ ਪਾਕਿਸਤਾਨ ਨੇ ਤੇ ਬਾਹਾਂ ਖੋਲ ਕੇ ਇੱਕ ਪਿਆਰ ਦਾ ਇਜ਼ਹਾਰ ਕੀਤਾ ਦੂਸਰੇ ਪਾਸੇ ਬਹਿ ਕੇ ਚੜ੍ਹਦੇ ਪਾਸੇ ਕੀ ਵੇਖਦੇ ਜੇ ਜਾਂ ਇੱਕ ਰਿਲੇਸ਼ਨ ਦੀ ਜਿਹੜੀ ਸ਼ੁਰੂਆਤ ਪਾਕਿਸਤਾਨ ਵੱਲੋਂ ਹੋਈ ਹੈ ਇਹਨੂੰ ਤੁਸੀਂ ਕਿੱਦਾਂ ਦੇਖਦੇ ਜੀ ਪਾਕਿਸਤਾਨ ਦਾ ਬਹੁਤ ਬਹੁਤ ਧੰਨਵਾਦ ਇਮਰਾਨ ਖਾਨ ਦਾ ਬਹੁਤ ਬਹੁਤ ਧੰਨਵਾਦ ਇਮਰਾਨ ਖਾਨ ਨੇ ਬਹੁਤ ਖੁੱਲ੍ਹੇ ਦਿਲ ਨਾਲ ਸਾਨੂੰ ਇਹ ਖੁੱਲ੍ਹਾ ਸੱਦਾ ਦਿੱਤਾ ਵਾ ਤਾਂ ਉਹਨਾਂ ਨੇ ਬਹੁਤ ਸੇਵਾ ਕੀਤੀ ਬਹੁਤ ਉਹਨਾਂ ਨੇ ਖਰਚ ਸਾਡਾ ਮਾਫ਼ ਕੀਤਾ ਸਾਡੇ ਸਿੱਖਾਂ ਦਾ ਬਹੁਤ ਇੱਜ਼ਤ ਮਾਣ ਕੀਤਾ ਉਹਨਾਂ ਨੇ ਸਿੱਖਾਂ ਨੂੰ ਬਹੁਤ ਉਹਨੇ ਯਾਨੀ ਕਿ ਇਮਰਾਨ ਖਾਨ ਦਾ ਇਹ ਨਾਂ ਜਿਹੜਾ ਨਾ ਦੁਨੀਆ ਦੇ ਵਿੱਚ ਚਾਲੀ ਦੇ ਕਾਲ ਹਿਸਟਰੀ 'ਚ ਆ ਜਾਣਾ ਵਾ ਸਿੱਖਾਂ ਦੇ ਹਿਸਟਰੀ 'ਚ ਆਊਗਾ ਕਿ ਇਹ ਇਤਿਹਾਸਿਕ ਗੱਲ ਬਣੇਗੀ ਹਾਂਜੀ ਕਿਉਂਕਿ ਇਮਰਾਨ ਖਾਨ ਨੇ ਜਿਹੜਾ ਸਾਡਾ ਲਾਂਘਾ ਖੋਲ੍ਹਿਆ ਅਤੇ ਸਾਨੂੰ ਇਹ ਛੁੱਟੀ ਦਿੱਤੀ ਆ ਇੱਥੇ ਆਉਣ ਦੀ ਖੁੱਲ੍ਹ ਕੀਤੀ ਆ ਪਾਕਿਸਤਾਨ ਦੇ ਜਿਹੜੇ ਲੋਕ ਆ ਬਹੁਤ ਸਾਡੀ ਇੱਜ਼ਤ ਮਾਣ ਕਰਦੇ ਆ ਸਾਡੀ ਰਿਸਪੈਕਟ ਕਰ ਰਹੇ ਆ ਜਗ੍ਹਾ ਜਗ੍ਹਾ ਸਾਨੂੰ ਸਲਾਮ ਕਰਦੇ ਆ ਸਾਡੇ ਪੁੱਛਦੇ ਆ ਤੁਹਾਨੂੰ ਕਿਸੇ ਚੀਜ਼ ਤੰਗੀ ਤਾਂ ਨਹੀਂ ਅਸੀਂ ਪਾਕਿਸਤਾਨ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਆਓ ਭਗਤ ਸਰਕਾਰ ਵੱਲੋਂ ਜਿਹੜੀ ਕੀਤੀ ਗਈ ਰਹਿਣ ਦੇ ਉਪਰਾਲੇ ਲੰਗਰ ਦੇ ਇਸ ਬਾਰੇ ਕੀ ਕਹੋਗੇ ਇਹ ਜੀ ਅਸੀਂ ਬਹੁਤ ਹੈ ਨਾ ਸਹਾਲਣਾ ਕਰਦੇ ਹਾਂ ਬਹੁਤ ਸਾਰੇ ਅਸੀਂ ਤੁਹਾਨੂੰ ਧੰਨਵਾਦ ਕਰਦੇ ਜਿਹੜਾ ਤੁਸੀਂ ਇੰਨੀ ਸਾਡੇ ਲੰਗਰ ਦੀ ਸੇਵਾ ਕੀਤੀ ਹੈ ਇੰਨਾ ਸਾਨੂੰ ਦੇਖਭਾਲ ਕੀਤਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਭੁਲਾ ਨਾ ਸਕਾਂਗੇ ਅਤੇ ਸਾਡਾ ਦਿਲ ਕਰਦਾ ਅਸੀਂ ਵਾਰ ਵਾਰ ਇੱਥੇ ਆਈ ਤਾਂ ਇੱਥੇ ਆ ਕੇ ਰਹੀਏ ਔਰ ਇੱਥੋਂ ਜਾਣ ਦਾ ਦਿਲ ਨਹੀਂ ਕਰ ਰਿਹਾ ਜੋ ਸਾਨੂੰ ਸਵਰਗ ਦਿਖ ਰਿਹਾ ਇਸ ਜਗ੍ਹਾ 'ਤੇ ਨਾ ਹੈਵਨ ਬਣ ਗਿਆ ਤੁਹਾਡਾ ਅਤੇ ਪਾਕਿਸਤਾਨ ਦੇ ਬਾਰੇ ਜ਼ਿੰਦਾਬਾਦ ਦਾ ਕੋਈ ਨਾਰਾ ਅੰਦਰ ਆਉਂਦਾ ਜਾਂ ਪਾਕਿਸਤਾਨ ਜ਼ਿੰਦਾਬਾਦ ਆਪੇ ਬਸ ਇਹੀ ਕਹਿੰਦੇ ਕਿ ਪਾਕਿਸਤਾਨ ਦਾ ਜ਼ਿੰਦਾਬਾਦ ਰਹੇ ਲੋਕ ਬਸ ਇਹਨੂੰ ਖੁਸ਼ੀਆਂ ਹੀ ਗੱਲ ਕਹਿੰਦਾ ਹਾਂਜੀ ਇਹ ਖੁਸ਼ ਆ ਤਾਂ ਅਸੀਂ ਵੀ ਖੁਸ਼ ਹੈਗੇ ਹਾਂ ਕਿਉਂਕਿ ਸਾਡੇ 200 ਗੁਰਦੁਆਰੇ ਇਸ ਕੰਟਰੀ ਦੇ ਵਿੱਚ ਹੈਗੇ ਆ 200 ਗੁਰਦੁਆਰੇ ਜਿਹੜੇ ਕਿ ਲੁੱਕ ਭਾਲ ਤੁਸੀਂ ਕਰ ਰਹੇ ਲੁੱਕ ਆਫਟਰ ਤੁਸੀਂ ਕਰ ਰਹੇ ਆ ਬਾਕੀ ਹੋਰ ਕਿਤੇ ਸਾਡੇ ਇੰਡੀਆ ਵਗੈਰਾ ਤਾਂ ਹੋਣ ਤਾਂ ਉਹ ਤੋੜ ਕੇ ਤਾਂ ਉਹਨਾਂ ਮਿੱਟੀ 'ਚ ਮਿਲਾ ਦਿੱਤਾ ਹੋਇਆ ਹੁੰਦਾ ਤੁਸੀਂ ਹਾਲੇ ਵੀ ਉਹਨਾਂ ਨੂੰ ਰੱਖਿਆ ਹੋਇਆ ਅਤੇ ਉਹਨਾਂ ਨੂੰ ਦੇਖਭਾਲ ਕਰਦੇ ਬਹੁਤ ਵਾਰ ਤੁਹਾਡਾ ਅਸੀਂ ਧੰਨਵਾਦ ਕਰਦੇ ਜਦੋਂ ਇੱਥੋਂ ਜਾਓਗੇ ਹੁਣ ਪਹਿਲੀ ਵਾਰ ਆਉਣਾ ਹੋਇਆ ਜ਼ਾਹਰ ਹੈ ਕਿ ਬਹੁਤ ਸਾਰੀਆਂ ਗੱਲਾਂ ਸੋਚੀਆਂ ਹੋਣਗੀਆਂ ਬਹੁਤ ਸਾਰੀਆਂ ਗੱਲਾਂ ਦਿਲ 'ਚ ਆਈਆਂ ਹੋਣਗੀਆਂ ਉਦੋਂ ਜਦੋਂ ਪਾਕਿਸਤਾਨ ਦੇ ਬਾਰੇ ਬਹੁਤ ਸਾਰੀਆਂ ਉਹ ਗੱਲਾਂ ਜਿਨ੍ਹਾਂ ਦਾ ਹਕੀਕਤ ਨਾਲ ਇੱਥੇ ਆ ਕੇ ਕੋਈ ਵਾਰ ਨਹੀਂ ਕਿ ਜਾਂਦੇ ਹੀ ਉੱਥੇ ਪੈ ਜਾਣਾ ਆ ਇਹ ਹੋ ਜਾਣਾ ਉਹ ਹੋ ਜਾਣਾ ਆ ਉਹ ਡਰਾਵੇ ਸਨ ਜਿਹੜੇ ਕਿਸ ਹੱਦ ਤੱਕ ਇੱਥੇ ਤੁਸੀਂ ਉਹ ਵੇਖੇ ਆ ਅਸਲ ਹਕੀਕਤ ਕੀ ਹੈ ਸੱਚ ਕੀ ਹੈ ਅਸੀਂ ਅਸੀਂ ਕਹਿ ਕਹਿ ਕੇ ਜਦੋਂ ਬੰਦਾ ਜਦੋਂ ਜਾਂਦਾ ਨਾ ਤੁਸੀਂ ਆਪਣਾ ਕੰਟਰੀ ਛੱਡ ਦੂਸਰੀ ਕੰਟਰੀ ਜਾ ਰਿਹਾ ਤਾਂ ਡਰ ਹੁੰਦਾ ਕਿ ਖੈਰ ਮੁਸਲਮਾਨ ਦੀ ਕੰਟਰੀ ਆ ਸ਼ਾਇਦ ਉੱਥੇ ਕੁਛ ਹੋ ਜਾਏ ਖੈਰ ਟੈਰਰਿਸਟ ਅਟੈਕ ਹੋ ਜਾਏ ਕੋਈ ਇੰਡੀਆ ਪਾਕਿਸਤਾਨ ਦੀ ਲੜਾਈ ਨਾ ਲੱਗ ਜਾਏ ਕੁਛ ਇਹ ਨਾ ਹੋ ਜਾਏ ਡਰ ਬਹੁਤ ਹੁੰਦਾ ਵਾ ਪਰ ਇੱਥੇ ਆ ਕੇ ਸਾਰਾ ਡਰ ਖਤਮ ਹੋ ਗਿਆ ਸਾਨੂੰ ਤਾਂ ਕਿ ਇੰਨੀ ਸਿਕਿਉਰਿਟੀ ਮਿਲੀ ਆ ਪੁਲਿਸ ਦੀ ਸਿਕਿਉਰਿਟੀ ਜਦੋਂ ਅਸੀਂ ਉੱਥੋਂ ਏਅਰਪੋਰਟ ਤੋਂ ਆਏ ਹਾਂ ਸਾਨੂੰ ਉੱਥੋਂ ਸਿਕਿਉਰਿਟੀ ਸਾਡੇ ਨਾਲ ਸਾਨੂੰ ਲੈ ਕੇ ਆਈ ਹੈ ਗੁਰਦੁਆਰੇ ਤੱਕ ਉੱਥੋਂ ਸਿਕਿਉਰਿਟੀ ਸਾਡੇ ਨਾਲ ਹਟੀ ਨਹੀਂ 24 ਆਵਰ ਸਾਨੂੰ ਸਿਕਿਉਰਿਟੀ ਮਿਲੀ ਹੋਈ ਆ 24 ਆਵਰ ਸਾਡੀ ਲੁੱਕ ਆਫਟਰ ਪੁਲਿਸ ਵਾਲੇ ਕਰ ਰਹੇ ਸਿਕਿਉਰਿਟੀ ਕਰ ਰਹੀ ਆ ਇਮਰਾਨ ਖਾਨ ਨੇ ਇੰਨੀ ਸਾਨੂੰ ਸਿਕਿਉਰਿਟੀ ਦਿੱਤੀ ਧੰਨਵਾਦ ਸਾਨੂੰ ਤਾਂ ਆਉਣੇ ਲੱਗਦਾ ਕਿ ਇੱਥੇ ਕੋਈ ਚੀਜ਼ ਦਾ ਡਰ ਹੀ ਨਹੀਂ ਇੱਥੇ ਹੁਣ ਵਾਰ ਵਾਰ ਆਈ ਅਸੀਂ ਹਰ ਬੰਦੇ ਨੂੰ ਅਸੀਂ ਜਾ ਕੇ ਕਹਾਂਗੇ ਤੁਸੀਂ ਜਾਓ ਕਿਸੇ ਚੀਜ਼ ਦਾ ਡਰ ਨਹੀਂ ਆ ਪਾਕਿਸਤਾਨ ਦੇ ਖੁੱਲ੍ਹੇਆਮ ਤੁਸੀਂ ਕਿਤੇ ਵੀ ਜਾ ਸਕਦੇ ਘੁੰਮ ਫਿਰ ਸਕਦੇ ਕੋਈ ਸਾਨੂੰ ਯਾਨੀ ਕਿ ਡਰ ਹੈ ਨਹੀਂ ਕਿਸੇ ਚੀਜ਼ ਦਾ ਵੀ ਲਓ ਜੀ ਕਰਤਾ ਫਿਰ ਜੀ ਇਹ ਵਲੈਤ ਤੋਂ ਆਏ ਇੱਕ ਸਾਡੇ ਯਾਤਰੀ ਸਨ ਜਿਨ੍ਹਾਂ ਨੇ ਆਪਣੇ ਜਜ਼ਬਾਤ ਦਾ ਇਜ਼ਹਾਰ ਕੀਤਾ ਐਫ ਐਮ 95 ਪੰਜਾਬ ਰੰਗ ਦੇ ਸੁਣਨ ਵਾਲਿਆਂ ਲਈ ਇਹ ਕਵਰੇਜ ਲੰਮਾ ਬਲੰਮਾ ਇਸੇ ਤਰ੍ਹਾਂ ਅਸੀਂ ਲੈ ਕੇ ਆਉਂਦੇ ਰਹਾਂਗੇ ਤੁਸੀਂ ਸਾਡੇ ਨਾਲ ਰਹਿਣਾ ਜੁੜੇ ਰਹਿਣਾ ਸਾਡੇ ਸੋਸ਼ਲ ਮੀਡੀਆ ਪੇਜ 'ਤੇ ਔਰ ਟਿਊਨ ਰੱਖਣਾ ਐਫ ਐਮ 95 ਪੰਜਾਬ ਰੰਗ ਜ਼ਿੰਦਗੀ ਦੇ ਮਸੂਦ ਮਲੀ ਫਿਲਹਾਲ ਮਾਈਕ ਸਪੁਰਦ ਕਰਦਾ ਹੈ ਸਟੂਡੀਓਜ਼ ਦੇ